हालेलुया हालेलुया धन्यवाद यीशु हालेलुया मेरे सामर्थी परमेश्वर थोड़ा धन्यवाद कर हाँ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਰਮੇਸ਼ਵਰ ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਇੱਕ ਗੱਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਜੋ ਤੁਸੀਂ ਸਾਨੂੰ ਅੱਜ ਦਾ ਨਵਾਂ ਦਿਨ ਦਿੱਤਾ ਏ ਨਵੇਂ ਸਾਹ ਦਿੱਤੇ ਨੇ ਮੇਰੇ ਪਰਮੇਸ਼ਵਰ ਅੱਜ ਦੇ ਨਵੇਂ ਸਾਹਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਕਿੰਨੇ ਹੀ ਮਹਾਨ ਪਰਮੇਸ਼ਵਰ ਹੋ ਤੁਹਾਡੇ ਵਰਗਾ ਪਰਮੇਸ਼ਵਰ ਹੋਰ ਕੋਈ ਨਹੀਂ ਹੈ हे ਮੇਰੇ ਸ਼ਰਵ ਸ਼ਕਤੀਮਾਨ ਮੇਰੇ ਯਹਵਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਧਰਤੀ ਆਕਾਸ਼ ਨੂੰ ਬਣਾਉਣ ਵਾਲੇ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਮੁੰਦਰ ਨੂੰ ਦੋ ਭਾਗ ਕਰਨ ਵਾਲੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਤਿਮੁੱਚ ਮੇਰੇ ਪਰਮੇਸ਼ਵਰ ਤੁਸੀਂ ਬੜੇ ਅਨੋਖੇ ਕੰਮ ਕਰਨ ਵਾਲੇ ਪਰਮੇਸ਼ਵਰ ਹੋ ਤੁਸੀਂ ਉਹ ਪਰਮੇਸ਼ਵਰ ਹੋ ਜੋ ਵੱਡੇ ਵੱਡੇ ਕੰਮਾਂ ਨੂੰ ਕਰਦੇ ਨੇ ਤੁਸੀਂ ਵੱਡੇ ਵੱਡੇ ਕੰਮਾਂ ਨੂੰ ਕਰਦੇ ਹੋ ਮੇਰੇ ਪਰਮੇਸ਼ਵਰ ਤੁਸੀਂ ਕੀ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਕਰ ਸਕਦੇ ਹੋ ਮੇਰੇ ਪਰਮੇਸ਼ਵਰ ਮੈਂ ਦੇਖਿਆ ਤੁਹਾਡੇ ਵੱਡੇ ਅਚਰਜ ਕੰਮਾਂ ਨੂੰ ਮੇਰੇ ਪਰਮੇਸ਼ਵਰ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰਦੇ ਹੋ ਤੁਸੀਂ ਮਹਾਨ ਪਰਮੇਸ਼ਵਰ ਹੋ ਤੁਹਾਡਾ ਸੀ ਜਿੰਨਾ ਵੀ ਧੰਨਵਾਦ ਕਹ ਜੀ ਉਹਨਾਂ ਹੀ ਥੋੜਾ ਹੈ ਮੇਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡੇ ਜਿੰਨੇ ਉਪਕਾਰ ਨੇ ਮੇਰੇ ਜੀਵਨ ਦੇ ਵਿੱਚ ਔਰ ਮੇਰੇ ਪਰਿਵਾਰ ਦੇ ਜੀਵਨ ਦੇ ਵਿੱਚ ਉਹ ਗਿਣੇ ਨਹੀਂ ਜਾ ਸਕਦੇ ਨੇ ਮੇਰੇ ਪਰਮੇਸ਼ਵਰ ਉਹ ਬਹੁਤ ਹੀ ਜ਼ਿਆਦਾ ਨੇ ਮੇਰੇ ਪਰਮੇਸ਼ਵਰ ਔਰ ਰੇਤ ਦੇ ਦਾਣਿਆਂ ਤੋਂ ਵੀ ਜ਼ਿਆਦਾ ਨੇ ਮੇਰੇ ਪਰਮੇਸ਼ਵਰ ਜਿਵੇਂ ਅਸੀਂ ਰੇਤ ਦੇ ਦਾਣਿਆਂ ਨੂੰ ਗਿਣ ਨਹੀਂ ਸਕਦੇ ਹਾਂ ਮੇਰੇ ਪਰਮੇਸ਼ਵਰ ਉਵੇਂ ਹੀ ਅਸੀਂ ਤੁਹਾਡੇ ਉਪਕਾਰਾਂ ਨੂੰ ਤੁਹਾਡੀਆਂ ਭਲਾਈਆਂ ਨੂੰ ਗਿਣ ਨਹੀਂ ਸਕਦੇ ਹਾਂ ਕਿਉਂਕਿ ਉਹ ਬਹੁਤ ਹੀ ਜ਼ਿਆਦਾ ਨੇ ਜੋ ਹਰ ਰੋਜ਼ ਅਸੀਂ ਰਾਤ ਸੌਂਦੇ ਹਾਂ ਤੇ ਸਵੇਰੇ ਫੇਰ ਸਹੀ ਸਲਾਮਤ ਉੱਠਦੇ ਹਾਂ ਇਹ ਸਾਡੇ ਰੋਜ਼ ਦੇ ਜੀਵਨ ਦੀ ਇੱਕ ਨਵੀਂ ਗਵਾਹੀ ਹੁੰਦੀ ਹੈ ਰੋਜ਼ ਇੱਕ ਵੱਡਾ ਕੰਮ ਹੁੰਦਾ ਏ ਤੁਹਾਡਾ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਰੋਜ਼ ਹੀ ਕਰਦੇ ਹੋ ਪਰਮੇਸ਼ਵਰ ਅਸੀਂ ਜਿੰਨੇ ਵੀ ਸਾਹ ਲੈ ਰਹੇ ਹਾਂ ਪਰਮੇਸ਼ਵਰ ਇਹ ਤੁਸੀਂ ਸਾਨੂੰ ਦੇ ਰਹੇ ਹੋ ਅਗਰ ਪਰਮੇਸ਼ਵਰ ਜੀ ਤੁਹਾਡਾ ਹੁਕਮ ਹੋਵੇ ਅਸੀਂ ਪਰਮੇਸ਼ਵਰ ਇੱਕ ਪਲ ਵੀ ਸਾਹ ਨਾ ਲੈ ਸਕੀਏ ਇਹ ਤੁਹਾਡੀ ਹੀ ਦਇਆ ਹੈ ਤੁਹਾਡੀ ਹੀ করুণਾ ਹੈ ਕਿ ਤੁਸੀਂ ਸਾਨੂੰ ਸਾਹ ਦੇ ਰਹੇ ਹੋ ਮੇਰੇ ਪ੍ਰਭੂ ਸਾਨੂੰ ਚਲਾ ਰਹੇ ਹੋ ਮੇਰੇ ਪ੍ਰਭੂ ਸਾਨੂੰ ਖਾਣ ਦੇ ਲਈ ਦੇ ਰਹੇ ਹੋ ਸਾਨੂੰ ਪੀਣ ਦੇ ਲਈ ਦੇ ਰਹੇ ਹੋ ਔਰ ਪਹਿਨਣ ਦੇ ਲਈ ਦੇ ਰਹੇ ਹੋ ਪ੍ਰਭੂ ਇਹ ਤੁਸੀਂ ਹੀ ਦੇ ਰਹੇ ਹੋ ਸਾਨੂੰ ਇਨਸਾਨਾਂ ਨੂੰ ਲੱਗਦਾ ਹੋਵੇਗਾ ਕਿ ਅਸੀਂ ਖੁਦ ਮਿਹਨਤ ਕਰਕੇ ਸਭ ਕੁਝ ਕਰਦੇ ਹਾਂ ਪਰ ਪਰਮੇਸ਼ਵਰ ਜੀ ਤੁਸੀਂ ਸਾਡੇ ਨਾਲ ਹੋ ਸਾਡੇ ਅੰਗ ਸੰਗ ਜੋ ਫੇਰ ਹੀ ਅਸੀਂ ਮਿਹਨਤ ਵੀ ਕਰ ਸਕਦੇ ਹਾਂ ਨਹੀਂ ਤੇ ਅਸੀਂ ਇੱਕ ਪਲ ਵੀ ਇੱਕ ਕਦਮ ਵੀ ਚੱਲ ਨਹੀਂ ਸਕਦੇ ਮੇਰੇ ਪਰਮੇਸ਼ਵਰ ਅਗਰ ਤੁਸੀਂ ਸਾਡੇ ਨਾਲ ਨਹੀਂ ਜੋ ਅਗਰ ਤੁਹਾਡਾ ਸਾਥ ਸਾਡੇ ਨਾਲ ਨਹੀਂ ਆ ਸੱਚਮੁੱਚ ਮੇਰੇ ਪਰਮੇਸ਼ਵਰ ਤੁਸੀਂ ਬੜੇ ਹੀ ਮਹਾਨ ਪਰਮੇਸ਼ਵਰ ਹੋ ਸਦਾ ਹੀ ਸਾਡਾ ਸਾਥ ਦਿੰਦੇ ਹੋ ਸਾਨੂੰ ਸੰਭਾਲ ਕੇ ਰੱਖਦੇ ਹੋ ਸਾਡੇ ਪਰਿਵਾਰਾਂ ਨੂੰ ਆਪਣੇ ਹੱਥਾਂ ਵਿੱਚ ਸੰਭਾਲ ਕੇ ਰੱਖਦੇ ਹੋ ਤੁਹਾਡੀ ਮਹਿਮਾ ਦੇ ਵਿੱਚ ਤੁਹਾਨੂੰ ਕੀ ਕਹੀਏ ਮੇਰੇ ਪ੍ਰਭੂ ਸ਼ਬਦ ਨਹੀਂ ਆ ਸ਼ਬਦ ਨਹੀਂ ਆ ਪਰਮੇਸ਼ਵਰ ਤੁਸੀਂ ਜਿੰਨੇ ਭਲੇ ਪਰਮੇਸ਼ਵਰ ਹੋ ਤੁਸੀਂ ਬੜੇ ਹੀ ਭਲੇ ਪਰਮੇਸ਼ਵਰ ਹੋ ਮੈਂ ਤੁਹਾਡਾ ਜਿੰਨਾ ਵੀ ਧੰਨਵਾਦ ਕਰਾਂ ਉਹਨਾ ਹੀ ਥੋੜਾ ਹੈ ਮੇਰੇ ਪਰਮੇਸ਼ਵਰ ਮੇਰੇ ਬੁੱਲਾਂ ਤੋਂ ਔਰ ਮੇਰੇ ਪਰਿਵਾਰ ਦੇ ਬੁੱਲਾਂ ਤੋਂ ਸਦਾ ਹੀ ਤੁਹਾਡਾ ਧੰਨਵਾਦ ਹੀ ਨਿਕਲਦਾ ਰਹੇ ਇਹ ਜੋ ਜੀਬ ਦਿੱਤੀ ਹੈ ਤੁਸੀਂ ਸਾਨੂੰ ਬੋਲਣ ਦੇ ਲਈ ਪਰਮੇਸ਼ਵਰ ਇਸ ਜੀਬ ਤੋਂ ਪਰਮੇਸ਼ਵਰ ਸਦਾ ਤੁਹਾਡੀ ਹੀ ਮਹਿਮਾ ਹੁੰਦੀ ਰਹੇ ਸਦਾ ਤੁਹਾਡੇ ਹੀ ਨਾਮ ਨੂੰ ਜਲਾਲ ਮਿਲਦਾ ਰਹੇ ਮੇਰੇ ਪਰਮੇਸ਼ਵਰ ਸਤਿਮੁੱਚ ਮੇਰੇ ਪਰਮੇਸ਼ਵਰ ਐਸਾ ਤੁਸੀਂ ਕਰ ਚੁੱਕੇ ਹੋ ਇਸ ਜੀਬ ਤੋਂ ਪਰਮੇਸ਼ਵਰ ਅਸੀਂ ਕਦੇ ਵੀ ਮਾੜਾ ਬੋਲਣਾ ਬੋਲੀਏ ਮੇਰੇ ਪਰਮੇਸ਼ਵਰ ਇਸ ਜੀਭ ਤੋਂ ਅਸੀਂ ਸਦਾ ਪੋਜ਼ਿਟਿਵ ਗੱਲਾਂ ਹੀ ਬੋਲੀਏ ਔਰ ਤੁਹਾਡੀਆਂ ਗੱਲਾਂ ਨੂੰ ਹੀ ਬੋਲੀਏ ਮੇਰੇ ਪ੍ਰਭੂ ਜੋ ਤੁਹਾਡੀ ਮਹਿਮਾ ਦੇ ਲਈ ਹੋਣ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਇਸ ਤਰ੍ਹਾਂ ਕਰ ਚੁੱਕੇ ਹੋ ਬਾਈਬਲ ਦੇ ਵਿੱਚ ਲਿਖਿਆ ਹੈ ਮੇਰੇ ਪਰਮੇਸ਼ੁਰ ਕਿ ਜੀਭ ਇੱਕ ਅੱਗ ਹੈ ਇਹਦੇ ਵਿੱਚੋਂ ਹੀ ਧੰਨਵਾਦ ਨਿਕਲਦਾ ਹੈ ਔਰ ਇਹਦੇ ਵਿੱਚੋਂ ਹੀ ਉਹ ਬੁਰੀਆਂ ਗੱਲਾਂ ਨਿਕਲਦੀਆਂ ਹਨ ਮੇਰੇ ਪਰਮੇਸ਼ਵਰ ਮੇਰੇ ਮukh ਦੇ ਵਿੱਚੋਂ ਕਦੇ ਵੀ ਉਹ ਬੁਰੀਆਂ ਗੱਲਾਂ ਨਾ ਨਿਕਲਣ ਪਰਮੇਸ਼ਵਰ ਜੋ ਤੁਹਾਨੂੰ ਪਸੰਦ ਨਾ ਹੋਣ ਪ੍ਰਭੂ ਮੇਰੇ ਮukh ਵਿੱਚੋਂ ਹਮੇਸ਼ਾ ਧੰਨਵਾਦ ਹੀ ਨਿਕਲੇ ਔਰ ਚੰਗੀਆਂ ਗੱਲਾਂ ਹੀ ਨਿਕਲੇ ਮੇਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਬਾਈਬਲ ਦੇ ਵਿੱਚ ਲਿਖਿਆ ਹੈ ਮੇਰੇ ਪਰਮੇਸ਼ਵਰ ਕਿ ਅਸੀਂ ਕੁਝ ਖਾਣ ਦੇ ਨਾਲ ਅਸ਼ੁੱਧ ਨਹੀਂ ਹੁੰਦੇ ਮੇਰੇ ਪਰਮੇਸ਼ਵਰ ਜੋ ਸਾਡੇ ਮੂੰਹ ਦੇ ਵਿੱਚੋਂ ਗਲਤ ਕੱਲਾ ਨਿਕਲਦੀਆਂ ਨੇ ਅਸੀਂ ਉਹਨਾਂ ਦੇ ਨਾਲ ਅਸ਼ੁੱਧ ਹੋ ਜਾਂਦੇ ਆ ਮੇਰੇ ਪਰਮੇਸ਼ਵਰ ਮੇਰੇ ਸਾਮਨ ਤੇ ਪਰਮੇਸ਼ਵਰ ਅਸੀਂ ਕਦੇ ਵੀ ਪਰਮੇਸ਼ਵਰ ਜੀ ਕੋਈ ਮਾੜੀ ਗੱਲ ਕੋਈ ਗਲਤ ਗੱਲ ਆਪਣੇ ਮੂੰਹ ਦੇ ਵਿੱਚੋਂ ਨਾ ਬੋਲੀਏ ਪਰਮੇਸ਼ਵਰ ਜੋ ਤੁਹਾਨੂੰ ਪਸੰਦ ਨਾ ਆਵੇ ਜੋ ਤੁਹਾਨੂੰ ਪਸੰਦ ਨਾ ਹੋਵੇ ਮੇਰੇ ਪਰਮੇਸ਼ਵਰ ਅਸੀਂ ਆਪਣੇ ਜੀਵਨ ਦੇ ਵਿੱਚ ਉਹੀ ਕਰੀਏ ਜੋ ਤੁਹਾਨੂੰ ਪਸੰਦ ਹੋਵੇ ਜੋ ਤੁਹਾਨੂੰ ਪਸੰਦ ਹੋਵੇ ਮੇਰੇ ਪਰਮੇਸ਼ਵਰ ਸਾਡੇ ਜੀਵਨ ਤੋਂ ਤੁਹਾਡੀ ਹੀ ਮਰਜ਼ੀ ਪੂਰੀ ਹੋਵੇ ਕਿਉਂਕਿ ਤੁਸੀਂ ਸਾਨੂੰ ਆਪਣੀ ਮਰਜ਼ੀ ਪੂਰੀ ਕਰਨ ਦੇ ਲਈ ਬੁਲਾਇਆ ਹੈ ਸਾਨੂੰ ਚੁਣਿਆ ਹੈ ਮੇਰੇ ਪਰਮੇਸ਼ਵਰ ਜੋ ਤੁਸੀਂ ਸਾਨੂੰ ਨਿਆ ਹੈ ਸਾਡਾ ਚੁਣਿਆ ਜਾਣਾ ਵੇਰਥ ਨਹੀਂ ਹੈ ਮੇਰੇ ਪਰਮੇਸ਼ਵਰ ਸੱਚਮੁੱਚ ਆਪਣੇ ਕੰਮਾਂ ਨੂੰ ਸਾਡੇ ਜੀਵਨ ਤੋਂ ਲੈ ਚੁੱਕੇ ਹੋ ਸਾਨੂੰ ਬਹੁਤ ਇਸਤਮਾਲ ਕਰ ਚੁੱਕੇ ਹੋ ਮੇਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਦਿਲ ਦੀ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਪ੍ਰਭੂ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਤੁਸੀਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸੰਭਾਲ ਕੇ ਰੱਖਿਆ ਹੈ ਮੇਰੇ ਪ੍ਰਭੂ ਇਸ ਗੱਲ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਦਾ ਹੀ ਸਾਨੂੰ ਸੰਭਾਲ ਕੇ ਰੱਖਦੇ ਹੋ ਸਾਡੇ ਹੋਂ ਜਾਨ ਦੇ ਵਿੱਚ ਸਾਡੀ ਸਹਾਇਤਾ ਕਰਦੇ ਹੋ ਸਾਡੇ ਬੱਚਿਆਂ ਨੂੰ ਸੰਭਾਲ ਕੇ ਰੱਖਦੇ ਹੋ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਸ਼ੁਕਰਗੁਜ਼ਾਰੀ ਕਰਦੀ ਹਾਂ ਮੇਰੇ ਪਰਮੇਸ਼ਵਰ ਬਾਈਬਲ ਦੇ ਵਿੱਚ ਲਿਖਿਆ ਹੈ ਮੇਰੇ ਪਰਮੇਸ਼ਵਰ ਕਿ ਅਸੀਂ ਜਿਉਂਦੇ ਜੀ ਹੀ ਤੁਹਾਡਾ ਧੰਨਵਾਦ ਕਰ ਸਕਦੇ ਹਾਂ ਜਿਉਂਦੇ ਜੀ ਹੀ ਅਸੀਂ ਤੁਹਾਨੂੰ ਧੰਨਵਾਦ ਧੰਨਵਾਦ ਦੇ ਭੇਟ ਛੜਾ ਸਕਦੇ ਹਾਂ ਸੱਚਮੁੱਚ ਮੇਰੇ ਯਹਵਾ ਪਿਤਾ ਅਸੀਂ ਸਦਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਰਹੀਏ ਤੁਹਾਨੂੰ ਧੰਨਵਾਦ ਦਿੰਦੇ ਰਹੀਏ ਮੇਰੇ ਪਰਮੇਸ਼ਵਰ ਮਾਰਕੇ ਕੋਈ ਤੁਹਾਡੀ ਮਹਿਮਾ ਨਹੀਂ ਕਰ ਸਕਦਾ ਹੈ ਮਾਰਕੇ ਕੋਈ ਤੁਹਾਡੀ ਆਰਾਧਨਾ ਨਹੀਂ ਕਰ ਸਕਦਾ ਹੈ ਇਹ ਮੌਕਾ ਸਾਨੂੰ ਦੁਬਾਰਾ ਨਹੀਂ ਮਿਲੇਗਾ ਜੋ ਮੌਕਾ ਤੁਸੀਂ ਸਾਨੂੰ ਦੇ ਦਿੱਤਾ ਹੈ ਮੇਰੇ ਪਰਮੇਸ਼ਵਰ ਬਹੁਤ ਸਾਰੇ ਲੋਕ ਨੇ ਜੇ ਜੋ ਤੁਹਾਨੂੰ ਨਹੀਂ ਜਾਣਦੇ ਨੇ ਪਰ ਪਰਮੇਸ਼ਵਰ ਤੁਸੀਂ ਸਾਨੂੰ ਚੁਣ ਲਿਆ ਹੈ ਆਪਣੀ ਆराधना ਦੇ ਲਈ ਕਿ ਅਸੀਂ ਤੁਹਾਡੀ ਆराधना ਕਰ ਸਕੀਏ ਅਸੀਂ ਤੁਹਾਡਾ ਨਾਮ ਜਪ ਸਕੀਏ ਮੇਰੇ ਪ੍ਰਭੂ ਸਾਡੇ ਜੀਵਨਾਂ ਤੋਂ ਸਦਾ ਹੀ ਤੁਹਾਡੀ ਮਹਿਮਾ ਹੁੰਦੀ ਰਵੇ ਤੁਹਾਡੀ ਆਰਾਧਨਾ ਹੁੰਦੀ ਰਵੇ ਕਿਉਂਕਿ ਤੁਸੀਂ ਸਾਨੂੰ ਇਸੇ ਲਈ ਚੁਣਿਆ ਹੈ ਸਾਨੂੰ ਇਸੇ ਲਈ ਬਣਾਇਆ ਹੈ ਅਸੀਂ ਨਹੀਂ ਸੀ ਜਾਣਦੇ ਪਰਮੇਸ਼ਵਰ ਸਾਨੂੰ ਕਿੰਨੇ ਬਣਾਇਆ ਹੈ ਔਰ ਅਸੀਂ ਕਿਉਂ ਬੁਲਾਏ ਗਏ ਹਾਂ ਪਰ ਹੁਣ ਪਰਮੇਸ਼ਵਰ ਅਸੀਂ ਜਾਣ ਗਏ ਹਾਂ ਕਿ ਤੁਸੀਂ ਹੀ ਸਾਨੂੰ ਬਣਾਇਆ ਹੈ ਔਰ ਤੁਸੀਂ ਹੀ ਸਾਨੂੰ ਚੁਣਿਆ ਹੈ ਔਰ ਤੁਸੀਂ ਸਾਨੂੰ ਆਪਣੀ ਆਰਾਧਨਾ ਦੇ ਲਈ ਚੁਣਿਆ ਹੈ मेरे प्रभु मैं तड़ा बहुत सारा धनवाद कर दी हाँ शुक्र कर दी हाँ मेरे सामर्थ्य परमेश्वर मैं तड़ा धनवाद करती हाँ शुक्र करती हाँ दिल दिया गहराइया थो। तो थोड़ा धनवाद करती हाँ प्रभु केवल तुसी ही एक परमेश्वर हो जो कि सच्चे परमेश्वर हो तुसी ही सब कुछ बनाया है ਤੁਸੀਂ ਹੀ ਸਭ ਕੁਝ ਰਚਿਆ ਹੈ ਹਰੇਕ ਮਨੁੱਖ ਨੂੰ ਤੁਸੀਂ ਬਣਾਇਆ ਹੈ ਤੁਹਾਡੇ ਤੋਂ ਵੱਡਾ ਇਸ ਦੁਨੀਆ ਤੇ ਹੋਰ ਦੂਜਾ ਕੋਈ ਪਰਮੇਸ਼ਵਰ ਨਹੀਂ ਹੈ ਤੁਸੀਂ ਹੀ ਇੱਕ ਪਰਮੇਸ਼ਵਰ ਹੋ ਔਰ ਪ੍ਰਭੂ ਯੇਸ਼ੂ ਮਸੀਹ ਜੀ ਤੁਹਾਡੇ ਬੇਟੇ ਨੇ ਮੈਂ ਇਸ ਗੱਲ ਨੂੰ ਜਾਣਦੀ ਹਾਂ ਮੇਰੇ ਪਰਮੇਸ਼ਵਰ ਜੋ ਕਿ ਪ੍ਰਭੂ ਯੇਸ਼ੂ ਮਸੀਹ ਜੀ ਸਾਡੇ ਉਧਾਰ ਕਰਤਾ ਹੈ ਸੱਚਮੁੱਚ ਮੇਰੇ ਪ੍ਰਭੂ ਉਹਨਾਂ ਨੇ ਹੀ ਸਾਨੂੰ ਪਰਮੇਸ਼ਵਰ ਸਾਨੂੰ ਪ੍ਰਭੂ ਯੀਸ਼ੂ ਮਸੀਹ ਜੀ ਨੇ ਪਾਪਾਂ ਤੋਂ छुड़ाया ਹੈ ਆਪਣਾ ਬਲੀਦਾਨ ਦੇ ਕੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੋ ਪ੍ਰੇਮ ਤੁਸੀਂ ਸਾਡੇ ਨਾਲ ਕੀਤਾ ਹੈ ਮੇਰੇ ਪਰਮੇਸ਼ਵਰ ਕਿ ਤੁਸੀਂ ਆਪਣਾ ਇਕਲੌਤਾ ਪੁੱਤਰ ਕੁਰਬਾਨ ਕੀਤਾ ਹੈ ਬਲੀਦਾਨ ਦਿੱਤਾ ਹੈ ਉਹ ਸਵਰਗ ਛੱਡ ਕੇ ਧਰਤੀ ਤੇ ਆਏ ਨੇ ਸਾਡੀ ਖਾਤਰ ਸੱਚਮੁੱਚ ਮੇਰੇ ਪਰਮੇਸ਼ੁਰ ਜੋ ਸਵਰਗ ਛੱਡ ਕੇ ਧਰਤੀ ਤੇ ਆਏ ਸੀ ਮੇਰੇ ਪਰਮੇਸ਼ੁਰ ਸਾਨੂੰ ਬਚਾਉਣ ਦੇ ਲਈ ਸਾਨੂੰ ਬਚਾਉਣ ਦੇ ਲਈ ਮੇਰੇ ਪਰਮੇਸ਼ੁਰ ਮੈਂ ਤੁਹਾਡਾ ਬਹੁਤ ਸਾਰਾ ਧੰਨਵਾਦ ਕਰਦੀ ਹਾਂ ਸ਼ੁਕਰ ਕਰਦੀ ਹਾਂ ਮੇਰੇ ਪਰਮੇਸ਼ੁਰ ਅੱਜ ਪਰਮੇਸ਼ੁਰ ਅਸੀਂ ਉਹੀ ਕੰਮ ਕਰੀਏ ਜੋ ਤੁਹਾਨੂੰ ਪਸੰਦ ਹੋਣ ਅਸੀਂ ਤੁਹਾਡੀ ਚਾਹਤ ਨੂੰ ਪੂਰਾ ਕਰੀਏ ਤੁਹਾਡੀ ਮਰਜ਼ੀ ਨੂੰ ਪੂਰਾ ਕਰੀਏ ਜਿਸ ਕੰਮ ਦੇ ਲਈ ਤੁਸੀਂ ਸਾਨੂੰ ਚੁਣਿਆ ਹੈ ਅਸੀਂ ਉਹਨੂੰ ਕਰੀਏ ਮੇਰੇ ਪਰਮੇਸ਼ਵਰ ਸਾਡੇ ਜੀਵਨ ਤੋਂ ਤੁਸੀਂ ਬਹੁਤ ਸਾਰੀਆਂ ਰੂਹਾਂ ਨੂੰ ਬਚਾ ਚੁੱਕੇ ਹੋ ਪ੍ਰਭੂ ਬਹੁਤ ਰੂਹਾਂ ਬਚ ਚੁੱਕੀਆਂ ਨੇ ਸਾਡੇ ਦੁਆਰਾ ਮੇਰੇ ਪਰਮੇਸ਼ਵਰ ਜੋ ਅਜੇ ਤੁਹਾਨੂੰ ਨਹੀਂ ਜਾਣਦੇ ਨੇ ਪਾਪ ਦੇ ਵਿੱਚ ਨੇ ਅੰਧਕਾਰ ਦੇ ਵਿੱਚ ਨੇ ਪ੍ਰਭੂ ਤੁਸੀਂ ਉਹਨਾਂ ਨੂੰ ਵੀ ਚੁਣ ਚੁੱਕੇ ਹੋ ਉਹ ਵੀ ਤੁਹਾਡੀ ਸੱਚੀ ਹਜ਼ੂਰੀ ਦੇ ਵਿੱਚ ਆ ਚੁੱਕੇ ਨੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਮੇਰੇ ਪਰਮੇਸ਼ੁਰ ਉਹ ਦਿਨ ਬਹੁਤ ਜਲਦ ਆਉਣ ਵਾਲਾ ਹੈ ਮੇਰੇ ਪਰਮੇਸ਼ੁਰ ਜਦ ਪ੍ਰਭੂ ਯੀਸ਼ੂ ਮਸੀਹ ਜੀ ਦੁਬਾਰਾ ਇਸ ਧਰਤੀ ਤੇ ਆਉਣਗੇ ਮੇਰੇ ਪ੍ਰਭੂ ਉਸ ਦਿਨ ਦੇ ਲਈ ਸਾਨੂੰ ਤੁਸੀਂ ਸੱਚਮੁੱਚ ਤਿਆਰ ਕਰ ਚੁੱਕੇ ਹੋ ਮੇਰੇ ਪਰਮੇਸ਼ਵਰ ਸਾਨੂੰ ਤਿਆਰ ਕਰ ਚੁੱਕੇ ਹੋ ਕਿਉਂਕਿ ਪਰਮੇਸ਼ਰ ਅਸੀਂ ਵੀ ਸਵਰਗ ਦੇ ਵਿੱਚ ਜਾਣਾ ਚਾਹੁੰਦੇ ਹਾਂ ਔਰ ਸਾਨੂੰ ਤਿਆਰ ਕਰ ਚੁੱਕੇ ਹੋ ਪ੍ਰਭੂ ਉਸ ਦਿਨ ਅਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਲ ਜਾਈਏ ਸਾਨੂੰ ਇਸ ਤਰ੍ਹਾਂ ਦਾ ਬਣਾ ਚੁੱਕੇ ਹੋ ਪ੍ਰਭੂ ਅਗਰ ਅਸੀਂ निर्दोष ਹੋਵਾਂਗੇ ਅਸੀਂ ਆਪਣੇ ਚਾਲ ਚਲਨ ਦੇ ਵਿੱਚ ਸਹੀ ਹੋਵਾਂਗੇ ਅਸੀਂ ਉਹ ਮਿਹਨਤ ਨੂੰ ਕੀਤਾ ਹੋਵੇਗਾ ਜੋ ਤੁਹਾਡੇ ਵਿੱਚ ਕਰਨੀ ਚਾਹੀਦੀ ਹੈ ਸਾਨੂੰ ਤਦ ਹੀ ਅਸੀਂ ਉਠਾਏ ਜਾਵਾਂਗੇ ਮੇਰੇ ਪ੍ਰਭੂ ਸੱਚਮੁੱਚ ਮੇਰੇ ਪ੍ਰਭੂ ਸੱਚਮੁੱਚ ਤੁਸੀਂ ਐਸਾ ਕਰ ਚੁੱਕੇ ਹੋ ਕਰ ਚੁੱਕੇ ਹੋ ਮੇਰੇ ਪ੍ਰਭੂ ਧੰਨਵਾਦ ਕਰਦੀ ਹਾਂ ਧੰਨਵਾਦ ਕਰਦੀ ਹਾਂ ਸਭਨਾ ਗੱਲਾਂ ਦੇ ਲਈ ਮੇਰੇ ਸਾਮਰਥੀ ਪਰਮੇਸ਼ਵ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਹਰੇਕ ਗੱਲ ਦੇ ਲਈ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਸਾਮਰਥੀ ਪਰਮੇਸ਼ਵ ਤੁਸੀਂ ਬੜੇ ਹੀ ਮਹਾਨ ਪਰਮੇਸ਼ਵਰ ਹੋ ਸਭਨਾ ਗੱਲਾਂ ਦੇ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਔਰ ਮੈਂ ਮੰਗਦੀ ਹਾਂ ਤੁਹਾਡੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਵਿੱਚ ਆਮੇਨ ਆਮੇਨ